ਲਾਕਡਾਊਨ ਖੁੱਲਦੇ ਹੀ ਪੰਜਾਬ ਅੰਦਰ ਸਿਆਸਤ ਗਰਮ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਅਯੋਗ ਕਰਾਰ ਦੇ ਕੇ ਕੱਟੇ ਗਏ ਆਟਾ ਦਾਲ ਦੇ ਕਾਰਡਾਂ ਖਿਲਾਫ ਗਰੀਬ ਲੋਕਾਂ ਵੱਲੋਂ ਤਾਂ ਸੰਘਰਸ਼ ਕੀਤਾ ਹੀ ਜਾ ਰਿਹਾ ਹੈ, ਉੱਥੇ ਹੀ ਹੁਣ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਸੜਕਾਂ 'ਤੇ ਉਤਰ ਆਈ ਹੈ। ਸੋਮਵਾਰ ਨੂੰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ 'ਚ ਆਪ ਵਿਧਾਇਕਾ ਬਲਜਿੰਦਰ ਕੌਰ ਦੀ ਅਗਵਾਈ 'ਚ ਪਾਰਟੀ ਨੇ ਤਲਵੰਡੀ ਸਾਬੋ ਹਲਕੇ ਦੇ ਕੱਟੇ ਗਏ ਆਟਾ ਦਾਲ ਕਾਰਡਾਂ ਸੰਬੰਧੀ ਧਰਨਾ ਦਿੱਤਾ। ਆਪ ਵਿਧਾਇਕਾਂ ਨੇ ਕਿਹਾ ਕਿ ਪਿਛਲੇ 3 ਸਾਲ ਤੋਂ ਕੱਟੇ ਗਏ ਇਹਨਾਂ ਕਾਰਡਾਂ ਕਾਰਨ ਲੋੜਵੰਦ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਉਨੀ ਦੇਰ ਤੱਕ ਸੰਘਰਸ਼ ਵਿੱਢਣਗੇ ਜਦੋਂ ਤੱਕ ਕੱਟੇ ਗਏ ਕਾਰਡ ਬਹਾਲ ਨਹੀਂ ਹੋ ਜਾਂਦੇ। ਦੇਖੋ, ਬੜੇ ਚਿਰ ਤੋਂ ਲੋਕਾਂ ਦੀ ਜਿਹੜੀ ਡਿਮਾਂਡ ਸੀਗੀ ਪਿਛਲੇ 3.5 ਸਾਲਾਂ ਤੋਂ ਜਦੋਂ ਦੀ ਸਰਕਾਰ ਬਣੀ ਆ, ਜਿਉਂ ਹੀ ਕਾਂਗਰਸ ਦੀ ਸਰਕਾਰ ਬਣੀ ਉਦੋਂ ਤੋਂ ਲੈ ਕੇ ਮਤਲਬ ਗਰੀਬ ਲੋਕਾਂ ਦੇ ਉਹਨਾਂ ਨੂੰ ਰਾਸ਼ਨ ਤਾਂ ਕੀ ਦੇਣਾ ਸੀ, ਸਰਕਾਰ ਨੇ ਜਿਨ੍ਹਾਂ ਦੇ ਕਾਰਡ ਚੱਲਦੇ ਸੀਗੇ ਉਹਨਾਂ ਦੇ ਕਾਰਡ ਕੱਟ ਕੇ ਉਹਨਾਂ ਨੂੰ ਜਮ੍ਹਾਂ ਵਿਹਲੇ ਕਰਕੇ ਬਿਠਾ ਦਿੱਤਾ। ਸੋ ਇੱਕ ਇਹੋ ਜਿਹਾ ਸਮਾਂ ਆਇਆ ਜਦੋਂ ਕਰਫਿਊ ਲੱਗ ਗਿਆ, ਅਤੇ ਕਰਫਿਊ ਦੇ ਸਮੇਂ ਦੇ ਦੌਰਾਨ ਜਿਹੜੇ ਕੋਈ ਕੰਮ ਧੰਦੇ ਜਾਂਦੇ ਸੀ, ਜਿਹੜੇ ਆਪਣੇ ਦਿਹਾੜੀ 'ਤੇ ਜਾਂਦੇ ਸੀ, ਉਹਨਾਂ ਦਾ ਦਿਹਾੜੀਆਂ ਉਹਨਾਂ ਦੇ ਕੰਮ ਵੀ ਬੰਦ ਹੋ ਗਏ। ਉਲਟਾ ਸਰਕਾਰ ਦੇ ਏਜੰਟ, ਮੈਂ ਇੱਥੋਂ ਤੱਕ ਕਹੂੰਗੀ ਕਿ ਉਹਨਾਂ ਨੇ ਰਾਸ਼ਨ ਦੇ ਨਾਮ 'ਤੇ ਵੀ ਘਟੀਆ ਪੋਲੀਟਿਕਸ ਕੀਤੀ ਸੀ। ਜਿਹੜੀਆਂ ਰਾਸ਼ਨ ਦੀਆਂ ਕਿੱਟਾਂ ਆਈਆਂ ਸੀਗੀਆਂ ਉਹ ਜਿੰਨਾਂ ਲੋਕਾਂ ਨੂੰ ਬਣਦਾ ਸੀ, ਜਿਹੜੇ ਗਰੀਬ ਪਰਿਵਾਰ ਸੀ ਉਹਨਾਂ ਤੱਕ ਨਹੀਂ ਰਾਸ਼ਨ ਪਹੁੰਚਿਆ। ਸੋ ਉਸ ਰਾਸ਼ਨ ਕਾਰਡ, ਨੀਲੇ ਕਾਰਡਾਂ ਨੂੰ ਲੈ ਕੇ ਅੱਜ ਜਿਹੜਾ ਲੋਕਾਂ ਦੀ ਡਿਮਾਂਡ ਸੀ, ਉਹਨਾਂ ਦੀ ਡਿਮਾਂਡ ਨੂੰ ਲੈ ਕੇ ਅਸੀਂ ਇੱਥੇ ਪ੍ਰੋਟੈਸਟ 'ਤੇ ਬੈਠੇ ਹਾਂ ਤਾਂ ਕਿ ਸਾਡੇ ਤਲਵੰਡੀ ਸਾਬੋ ਹਲਕੇ ਤੋਂ ਲੈ ਕੇ ਪੂਰੇ ਪੰਜਾਬ ਦੇ ਜਿਹੜੇ ਰਾਸ਼ਨ ਕਾਰਡ ਆ ਉਹ ਮੁਹੱਈਆ ਕਰਾਏ ਜਾਣ। 3 ਸਾਲ ਹੋ ਗਏ ਰਾਸ਼ਨ ਕਾਰਡ ਕੱਟਿਆਂ ਨੂੰ, ਤੁਸੀਂ ਵਿਰੋਧੀ ਧਿਰ 'ਚੋਂ, ਉੱਥੇ ਨੇ ਤੁਸੀਂ ਵਿਧਾਨ ਸਭਾ 'ਚ ਨਹੀਂ ਮੁੱਦਾ ਉਠਾਇਆ, ਤੁਹਾਨੂੰ ਲੱਗਦਾ 3 ਸਾਲਾਂ ਹੁਣ ਚੱਲ ਪੈਣੇ ਚਾਹੀਦੇ ਸੀ? ਮੈਂ ਤਲਵੰਡੀ ਸਾਬੋ ਦੀ ਗਵਾਹੀ ਕਰਦੇ ਹੋ ਗਏ ਮੈਂ ਇਸ ਗੱਲ ਨੂੰ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਔਨ ਰਿਕਾਰਡ ਆ ਜਿਹੜੇ ਇਦੋਂ ਪਹਿਲਾਂ ਪਿਛਲੇ ਲੰਬੇ ਸਮੇਂ ਤੋਂ ਜਿਨ੍ਹਾਂ ਨੇ ਸੱਤਾ ਹੰਢਾਈ ਆ ਉਹਨਾਂ ਦਾ ਰਿਕਾਰਡ ਮਿਲਾ ਲਿਆ ਜਾਵੇ ਅਤੇ ਮੇਰਾ ਰਿਕਾਰਡ ਮਿਲਾ ਲਿਆ ਜਾਵੇ ਤਾਂ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਉਹ 19 ਸਾਲਾਂ 'ਚ ਨਹੀਂ ਉਹਨਾਂ ਬੋਲੇ ਹੋਣੇ ਜਿੰਨਾ 3.5 ਸਾਲਾਂ ਦੇ ਵਿੱਚ ਮੈਂ ਤਲਵੰਡੀ ਸਾਬੋ ਦੇ ਮੁੱਦੇ ਕੀ ਪੂਰੇ ਪੰਜਾਬ ਦੇ ਮਸਲੇ ਜਿਹੜੇ ਆ ਉਸ ਹਾਊਸ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਰੱਖੇ ਆ। ਸੋ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਰਾਸ਼ਨ ਕਾਰਡਾਂ ਤੋਂ ਲੈ ਕੇ ਨੀਲੇ ਕਾਰਡਾਂ ਤੋਂ ਲੈ ਕੇ ਨਰੇਗਾ ਤੋਂ ਲੈ ਕੇ ਆਪਣੇ ਤਲਵੰਡੀ ਸਾਬੋ ਹਲਕੇ ਦਾ ਪਾਣੀਆਂ ਦੇ ਮੁੱਦੇ ਤੋਂ ਲੈ ਕੇ ਮੈਂ ਕਹਿੰਦੀ ਹਾਂ ਜਿਹੜੀ ਗੁੰਡਾਗਰਦੀ ਚੱਲਦੀ ਹੈ, ਚਾਹੇ ਉਹ ਰਿਫਾਇਨਰੀ 'ਚ ਚੱਲਦੀ ਹੈ, ਚਾਹੇ ਉਹ ਯੂਨੀਅਨਾਂ 'ਚ ਚੱਲਦੀ ਆ, ਉਹਨਾਂ ਤੋਂ ਲੈ ਕੇ ਹਰ ਮਸਲਾ ਜਿਹੜਾ ਵਿਧਾਨ ਸਭਾ ਦੇ ਵਿੱਚ ਗਿਆ।